ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕਮ ਪਿਆਰੇ ਦੋਸਤੋ, ਸੱਜਣੋ, ਬੇਲੀਏ ਦੇ ਬਜ਼ੁਰਗੋ, ਅੱਜ ਅਸੀਂ ਨਵੀਂ ਵੀਡੀਓ ਲੈ ਕੇ ਆਏ ਹਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ। ਜਨਾਬ, ਉਹ ਵੀਡੀਓ ਹੈ ਕਿ ਜਿਹਦੇ ਲੋਕਾਂ ਨੇ ਮਿਲੀਅਨ ਵਿਊ ਨੇ, ਮੇਰੇ ਖਿਆਲ 20-20 ਮਿਲੀਅਨ ਵਿਊ ਨੇ। ਇੰਨੀ ਲੋਕਾਂ ਨੇ ਦੇਖੀ ਹੈ, ਇੰਨੀ ਲੋਕਾਂ ਪਸੰਦ ਕੀਤੀ ਹੈ ਕਿ ਜਨਾਬ ਤੁਸੀਂ ਚਾਰਜ ਕਰ ਸਕਦੇ ਹੋ ਮੋਬਾਈਲ ਆਪਣੇ ਘਰ ਆਲੂ ਦੇ ਨਾਲ। ਚੰਗਾ ਆਲੂ ਹੈ ਜੀ, ਠੀਕ ਹੈ ਮੇਰੇ ਪਿਆਰੇ ਦੋਸਤੋ। ਇਹ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਆਲੂ ਦੇ ਨਾਲ ਬਿਜਲੀ ਕਿਵੇਂ ਬਣਦੀ ਹੈ ਔਰ ਕਿਵੇਂ ਮੋਬਾਈਲ ਚਾਰਜ ਹੁੰਦਾ। ਸਾਡੀ ਮੁਕੰਮਲ ਵੀਡੀਓ ਵੇਖੋ, ਇਨਸ਼ਾਅੱਲਾ ਤੁਹਾਨੂੰ ਪਤਾ ਲੱਗੇਗਾ। ਮੈਂ ਅਰਸ਼ਦ ਗੋਫਾਈ ਤੁਹਾਡੀ ਖਿਦਮਤ 'ਚ ਹਾਜ਼ਰ, ਮੇਰੇ ਨਾਲ ਆਮਨਾ ਅਰਸ਼ਦ, ਪੱਖੀ ਝੋਲਣ ਡੇ ਨੇ ਧੜਾਧੜ। ਮੇਰੇ ਪਿਆਰੇ ਦੋਸਤੋ, ਗੱਲ ਇੰਝ ਹੈ ਕਿ ਇਹ ਆਲੂ ਦੇ ਉੱਤੇ ਮੋਬਾਈਲ ਚਾਰਜ ਹੋਣਾ ਔਰ ਮੋਬਾਈਲ ਚਾਰਜ ਹੋਏਗਾ ਸਰਨਾਟੇ ਦੇ ਨਾਲ। ਤੁਸੀਂ ਵੇਖੋਗੇ ਕਿ ਮੋਬਾਈਲ ਚਾਰਜ ਹੋ ਰਿਹਾ। ਮੇਰੇ ਪਿਆਰੇ ਦੋਸਤੋ, ਇਹ ਕਿਵੇਂ ਹੁੰਦਾ? ਤੁਸੀਂ ਵੀਡੀਓ ਵੇਖੀ ਹੈ, ਤੁਹਾਨੂੰ ਲੋਕਾਂ ਨੇ ਇਹ ਨਹੀਂ ਦੱਸਿਆ ਕਿ ਹੁੰਦਾ ਕਿਵੇਂ ਹੈ। ਜਿਹੜੀ ਤੁਸੀਂ ਵੀਡੀਓ ਵੇਖੀ ਹੈ, ਜਿਹਦੀ ਵੀਡੀਓ ਵੇਖੀ ਹੈ, ਉਹਨਾਂ ਨੇ ਇਹ ਨਹੀਂ ਦੱਸਿਆ। ਕਿਉਂ ਜੀ? ਉਹਨਾਂ ਨੇ ਇਹ ਨਹੀਂ ਦੱਸਿਆ ਕਿ ਆਲੂ ਦੇ ਵਿੱਚ ਬਿਜਲੀ ਕਿੱਥੋਂ ਆਈ ਹੈ, ਕਿੱਥੋਂ ਵੜ ਗਈ ਕਰੰਟ ਇਹਦੇ ਵਿੱਚ ਅਤੇ ਕਿੱਥੋਂ ਇਹ ਨਿਕਲਣੀ ਹੈ। ਔਰ ਪਿਆਰੇ ਦੋਸਤੋ, ਮੈਂ ਅੱਜ ਤੁਹਾਨੂੰ ਦੱਸਣਾ ਤਾਂ ਕਿੱਥੋਂ ਵੜੀ ਹੈ ਇਹਦੇ ਵਿੱਚ ਕਰੰਟ ਅਤੇ ਕਿੱਥੋਂ ਦੀ ਉਹ ਗੱਲ ਨਿਕਲਣੀ ਹੈ, ਇਹਦਾ ਕੀ ਅਸਲ ਤਰੀਕਾਕਾਰ ਹੈ ਅਤੇ ਕਿੰਨੀ ਦੇਰ ਕਿੰਨੇ ਮੋਬਾਈਲ ਚਾਰਜ ਕਰ ਸਕਦਾ ਆਲੂ, ਇਹ ਤੁਹਾਨੂੰ ਦੱਸਣ ਲੱਗਾ। ਪੂਰਾ ਆਲੂ ਰੱਖਿਆ ਕਿਸੇ ਨੇ, ਠੀਕ ਹੈ। ਇਹ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਕਿਵੇਂ ਆਲੂ ਨਾਲ ਮੋਬਾਈਲ ਚਾਰਜ ਹੁੰਦਾ ਹੈ ਔਰ ਸਾਡੀ ਮੁਕੰਮਲ ਵੀਡੀਓ ਵੇਖੋਗੇ ਤਾਂ ਸਮਝ ਆਉਣੀ ਹੈ। ਤਾਂ ਜੇ ਰਾਹ 'ਚ ਛੱਡ ਛੜੀ, ਨਾ ਤੁਹਾਨੂੰ ਸਮਝ ਅਤੇ ਨਾ ਸਾਨੂੰ ਸਮਝ ਆਉਣੀ ਹੈ। ਤਾਂ ਤੁਸੀਂ ਦੇਖੀਏ ਹੈ ਕਿ ਨਹੀਂ, ਤੁਹਾਨੂੰ ਸਮਝ ਆਈ ਹੈ ਕਿ ਨਹੀਂ। ਤੁਹਾਡੀ ਸਮਝ ਦਵਾਉਣ ਵਾਸਤੇ ਤੁਹਾਨੂੰ ਅਸੀਂ ਦੱਸਣਾ, ਠੀਕ ਹੈ। ਇਹ ਚਾਰਜਰ ਹੈ ਅਤੇ ਇਹ ਜਨਾਬ ਮੋਬਾਈਲ ਹੈ ਅਤੇ ਇਹ ਜਨਾਬ ਆਲੂ ਹੈ ਅਤੇ ਆਲੂ ਨੂੰ ਅਸੀਂ ਲਾਉਣਾ ਜਿਹੜਾ ਨਾ ਇਹਨੂੰ ਮੋਬਾਈਲ ਨੂੰ ਲਾਉਣਾ ਇੱਥੇ ਜਿਵੇਂ ਲਾਈਦਾ ਹੁੰਦਾ, ਪਤਾ ਨਾ। ਇਹ ਲੱਗ ਗਿਆ ਮੋਬਾਈਲ, ਇਹ ਵੇਖੋ। ਹੁਣ ਅਸੀਂ ਲਾਉਣਾ ਵਿੱਚ ਆਲੂ। ਇਹ ਵੇਖੋ ਜੀ, ਆਲੂ ਵੇਖ ਦਿਓ ਪਏ, ਆਲੂ ਹੈ ਨਾ, ਬਤਾਉਂ ਤਾਂ ਨਹੀਂ। ਪਿਆਰੇ ਦੋਸਤੋ, ਇਹ ਦੇਖੋ ਆਲੂ ਨਾਲ ਹੁਣ ਮੋਬਾਈਲ ਚਾਰਜ ਹੋਣਾ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਇਹ ਜੀ ਤੁਸੀਂ ਵੇਖ ਸਕਦੇ ਹੋ, ਇਸ ਤਰ੍ਹਾਂ ਤੁਸੀਂ ਮੋਬਾਈਲ ਚਾਰਜ ਕਰ ਸਕਦੇ ਹੋ। ਇਹ ਵੇਖੋ ਜੀ, ਤਾਰ ਵੀ ਇੱਥੇ ਪਈ ਹੈ, ਇਸ ਤਰ੍ਹਾਂ ਚਾਰਜ ਹੁੰਦਾ ਜੀ। ਇਹ ਜੀ ਆਲੂ ਚੁੱਕ ਕੇ ਤੁਹਾਨੂੰ ਦੱਸ ਦਿੱਤਾ, ਇਹ ਵੀ ਤੁਹਾਨੂੰ ਦੱਸ ਦਿੱਤਾ, ਇਹ ਦੇਖੋ ਚਾਰਜ ਹੋ ਰਿਹਾ, ਠੀਕ ਹੈ, ਵੇਖ ਸਕਦੇ ਹੋ ਤੁਸੀਂ ਜੀ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਇਹ ਤਾਰ ਲੈਣੀ ਹੈ, ਇਹ ਬੈਟਰੀ ਲੈਣੀ ਹੈ, ਇਹ ਚਾਰਜਰ ਪੁਰਾਣਾ ਲੈ ਲੈਣਾ ਜਿਹੜਾ ਕਿ ਖਰਾਬ ਹੋਏ, ਠੀਕ ਹੈ। ਇਹ ਤੁਸੀਂ ਵੇਖ ਲਿਓ ਜਨਾਬ, ਇਹ ਜਿਹੜਾ ਸੈਲ ਇਹ ਲਾ ਦੇਣਾ, ਠੀਕ ਹੈ। ਐਚ ਜਿਹੜਾ ਆਪਣੇ ਬਟਨ ਨੇ, ਇਹ ਹਿੱਸਾ ਚਾਹੀਦਾ ਸਾਨੂੰ, ਓਕੇ। ਦੂਸਰਾ ਹਿੱਸਾ ਲਾ ਲਿਆ ਤਾਰ ਦਾ, ਇਹ ਸਾਡੇ ਕੋਲ ਹੈ, ਇਹ ਤੁਸੀਂ ਵੇਖ ਸਕਦੇ ਹੋ ਕਿ ਸਾਨੂੰ ਇਹ ਲੁੱਪੀ ਚਾਹੀਦੀ ਸੀ ਜਿਹੜੀ ਮੋਬਾਈਲ ਚਾਰਜ ਕਰਨ ਵਾਸਤੇ ਲਾਉਣੀ, ਇਸਤੇਮਾਲ ਕਰਨੀ। ਇਹਨੂੰ ਅਸੀਂ ਖੋਲ ਲਾਂਗੇ, ਇਹ ਪੇਜ ਖੋਲ ਲੈਣੇ ਨੇ, ਠੀਕ ਹੈ। ਇਹਨੂੰ ਵਿਚੋਲ ਕੱਢ ਲੈਣਾ, ਇਹ ਚੀਜ਼ ਕੱਢ ਕੇ ਪਰਾਂ ਫਾਰਮ ਕਰ ਦੇਣੀ ਹੈ, ਇਹ ਨਹੀਂ ਸਾਨੂੰ ਚਾਹੀਦੀ। ਕਿੱਟ ਕੱਢ ਛੱਡਣੀ, ਠੀਕ ਹੈ, ਕਿੱਟ ਕੱਢ ਲਈ। ਹੁਣ ਜਨਾਬ ਅਸੀਂ ਇਹਦੇ ਵਿੱਚ ਬੈਟਰੀ ਫਿੱਟ ਕਰਨੀ ਹੈ, ਕਿਵੇਂ ਕਰਨੀ ਹੈ? ਪਹਿਲੇ ਇਹਨਾਂ ਨੂੰ ਲਾਵਾਂਗੇ ਟੰਗ ਕੇ। ਇਹ ਅਸੀਂ ਜੀ ਦੋ ਤਾਰਾਂ ਨੇ, ਇਹ ਚਾਰਜਿੰਗ ਵਾਲੀਆਂ ਨੇ, ਇਹ ਬਾਕੀ ਦੂਸਰਾ ਮੋਬਾਈਲ ਦੇ ਵਿੱਚੋਂ ਅੱਗੇ ਪਿੱਛੇ ਡਾਟਾ ਟ੍ਰਾਂਸਫਰ ਕਰਨਾ ਹੋਇਆ ਨਾ ਕੰਪਿਊਟਰ 'ਚ, ਅਤੇ ਇਹੋ ਵਾਸਤੇ ਕੰਮ ਆਉਣੀ ਹੈ। ਇਹਨਾਂ ਨੂੰ ਅਸੀਂ ਦੋਵੇਂ ਕੱਟ ਲੈਂਦੇ ਹਾਂ। ਹੁਣ ਅਸੀਂ ਇਹ ਤਾਰ ਕੱਟ ਲੈਣੀ, ਇਹ ਦੋ ਤਾਰਾਂ ਵਿੱਚੋਂ ਕੱਟ ਲੈਣੀ, ਠੀਕ ਹੈ। ਕਿ
ਇਹਨੂੰ ਹੁਣ ਬੈਟਰੀ ਦੇ ਨਾਲ ਟਾਂਕੇ ਲਾ ਲੈਣੇ ਨੇ। ਇਹ ਜਮਾਂ ਦਾ ਨਿਸ਼ਾਨ ਤੁਹਾਨੂੰ ਨਜ਼ਰ ਆ ਰਿਹਾ, ਇਹ ਨਫੀ ਦਾ ਕਿੰਨੀ ਗੱਲ। ਇਹਨੂੰ ਹੁਣ ਅਸੀਂ ਇਹਨੂੰ ਮਨਫੀ ਵਾਲੇ ਨਿਸ਼ਾਨ 'ਤੇ ਲਾ ਲੈਣਾ ਅਤੇ ਇਹਨੂੰ ਜਮਾਂ ਵਾਲੇ ਨਿਸ਼ਾਨ 'ਤੇ ਲਾ ਲੈਣਾ, ਲਾ ਲੈਣਾ ਠੀਕ ਹੈ। ਐਵੇਂ ਸਬਜ਼ੀ ਦੀ ਗੱਲ ਸਾਹਮਣੇ ਹਨ। ਟਾਂਕੇ ਲਾਉਣ ਤੋਂ ਪਹਿਲੇ ਇਹਦੇ ਨਾਲ ਅਸੀਂ ਕਲੀ ਲਾ ਲਾਂਗੇ, ਇਸ ਵਾਸਤੇ ਟਾਂਕਾ ਸਾਡਾ ਜਿਹੜਾ ਉੱਥੇ ਨਾਲ ਯੂਜ ਲਾ ਲਿਆ। ਟਾਂਕੇ ਲੱਗ ਗਏ, ਹੁਣ ਅਸੀਂ ਇੰਜ ਕਰਨਾ ਕਿ ਇਹਨੂੰ ਇਹਦੇ ਨਾਲ ਇੱਕ ਤਾਰ ਨੂੰ ਕੱਟ ਲੈਣੇ, ਜਿਹੜੀ ਕੱਟਾਂਗੇ ਅਸੀਂ ਇਹ ਨਿਊਟਰ ਵਾਲੀ ਕੱਟ ਲੈਣੇ। ਇਹਨੂੰ ਹੁਣ ਅਸੀਂ ਛਿੱਲ ਲਾਂਗੇ, ਹੋਰ ਜ਼ਿਆਦਾ ਥੋੜ੍ਹੀ ਜਿਹੀ ਕੱਢ ਲੈਂਦੇ, ਮੇਰੇ ਖਿਆਲ ਬੜੀ ਜਿਹੀ ਨਹੀਂ ਕੱਢਦੀ। ਇਹਨੂੰ ਵੀ ਅਸੀਂ ਇੱਥੋਂ ਛਿੱਲ ਲਾਂਗੇ, ਚਾਰਜਰ ਦੇ ਨਾਲ ਇਹਨੂੰ ਫਿੱਟ ਕਰਨੇ ਆ, ਬੈਟਰੀ ਦੇ ਟਾਂਕੇ ਲੱਗੇ ਤੁਸੀਂ ਵੇਖ ਲੈ, ਇੱਕ ਇੱਥੇ ਟਾਂਕਾ ਲਾ ਲੈਣਾ, ਇੱਕ ਇੱਥੇ ਐਸੇ ਕਾਲੀ ਤਾਰ ਲਈ, ਇਹੋ ਹੀ ਇੱਧਰ ਲੱਗਣੀ ਹੈ ਤੇ ਇਹੋ ਹੀ ਇੱਧਰ ਲੱਗਣੀ ਹੈ ਠੀਕ ਹੈ। ਇੱਕ ਤਾਰ ਦਾ ਕਨੈਕਸ਼ਨ ਕਰਨਾ ਦੋਨਾਂ ਨਾਲ, ਇਹ ਵੀ ਹੈ ਜੀ। ਹੁਣ ਇੱਕ ਟਾਂਕਾ ਲੱਗ ਗਿਆ, ਦੂਸਰਾ ਲੱਗ ਗਿਆ, ਬਿਸਮਿਲ੍ਲਾਹ ਕਲੀ ਲਾ ਲਈਏ, ਐਵੇਂ ਦੀ ਟਾਂਕਾ ਲੱਗ ਜੋੜ ਲੈਂਦੇ ਹਾਂ ਤਾਰ ਨੂੰ। ਇਹਨੂੰ ਹੁਣ ਜਿਹੜਾ ਅਸੀਂ ਬੈਟਰੀ ਨੂੰ ਇਹਦੇ ਵਿੱਚ ਪਾ ਲਾਂਗੇ, ਘੱਟਾ ਲੈ ਲੈਣਾ, ਘੱਟਾ ਅਸੀਂ ਪਸਾ ਲਵਾਂਗੇ ਜੀ ਇਹਦੇ ਵਿੱਚ ਬੈਟਰੀ ਦੇ ਵਿੱਚ। ਇੱਧਰ ਇਹਨੂੰ ਐਸਾ ਪਸਾ ਲਿਆ, ਹੁਣ ਅਸੀਂ ਇਹਦੇ ਉੱਤੇ ਬੰਦ ਕਰ ਦਈਏ। ਇਹਨਾਂ ਨੂੰ ਅਸੀਂ ਕੱਸ ਦਿੰਦੇ ਹਾਂ ਠੀਕ ਹੈ। ਇਹ ਕਿਸੇ ਚੀਜ਼ ਨਾਲ ਵੀ ਕੱਸ ਦਿਓ। ਇਹ ਦੇਖੋ ਜੀ ਤਾਰ ਵੀ ਇੱਥੇ ਪਈ ਸੀ, ਇਸ ਤਰ੍ਹਾਂ ਚਾਰਜ ਹੁੰਦਾ ਜੀ। ਇਹ ਜੀ ਇਹ ਜੀ ਆਲੂ ਚੁੱਕ ਕੇ ਤੁਹਾਨੂੰ ਦੱਸ ਦਿੱਤਾ, ਇਹ ਵੀ ਤੁਹਾਨੂੰ ਦੱਸ ਦਿੱਤਾ, ਇਹ ਦੇਖੋ ਚਾਰਜ ਹੋ ਰਿਹਾ ਠੀਕ ਹੈ, ਵੇਖ ਸਕਦੇ ਹੋ ਤੁਸੀਂ ਜੀ। ਬਿਲਕੁਲ ਪਿਆਰੇ ਦੋਸਤੋ, ਇਹ ਸੀ ਸਾਡੀ ਅੱਜ ਦੀ ਵੀਡੀਓ, ਤੁਸੀਂ ਵੇਖੀ ਹੈ ਇਨਸ਼ਾਅੱਲਾ, ਉਮੀਦ ਕਰਨੇ ਆ ਕਿ ਤੁਹਾਨੂੰ ਇਹ ਪਸੰਦ ਆਈ ਹੋਏਗੀ। ਔਰ ਪਿਆਰੇ ਦੋਸਤੋ, ਇਹ ਜੇ ਮਸਲਾ ਇਸ ਤਰ੍ਹਾਂ ਲੋਕ ਆਲੂ ਨਾਲ ਬਿਜਲੀ ਬਣਾਉਂਦੇ ਜੇ, ਮੇਰੇ ਪਿਆਰੇ ਦੋਸਤੋ ਇਸ ਤਰ੍ਹਾਂ ਲੋਕ ਆਲੂ ਨਾਲ ਬਿਜਲੀ ਬਣਾ ਕੇ ਅਤੇ ਲੋਕਾਂ ਨੂੰ
ਸ਼ੁਦਾਈ ਬਣਾਉਂਦੇ ਨੇ। ਮੇਰੇ ਪਿਆਰੇ ਦੋਸਤੋ, ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਮੈਂ ਆਪਣੇ ਪਿਆਰੇ ਨਾਜ਼ਰੀਨ ਨੂੰ, ਆਪਣੇ ਪਿਆਰੇ ਦੋਸਤਾਂ ਨੂੰ ਇਹ ਗੱਲ ਦੱਸ ਸਕਾਂ ਕਿ ਲੋਕ ਇਸ ਤਰ੍ਹਾਂ ਕਰਦੇ ਜੇ। ਮੇਰੇ ਪਿਆਰੇ ਦੋਸਤੋ, ਫਜ਼ੂਲ ਟਾਈਮ ਜ਼ਾਇਆ ਨਾ ਕਰਿਆ ਕਰੋ, ਕੰਮ ਦੀ ਵੀਡੀਓ ਵੇਖਿਆ ਕਰੋ। ਇਹ ਦੇਖੋ ਨਾ, ਇਹਦੇ ਵਿੱਚ ਤੁਹਾਨੂੰ ਪਤਾ ਲੱਗਿਆ ਕਿ ਸਾਰੀ ਹਕੀਕਤ ਕੀ ਹੈ। ਇਸ ਤਰ੍ਹਾਂ ਦੀਆਂ ਵੀਡੀਓ ਦੇਖਿਆ ਕਰੋ ਜਿਹਦੇ ਵਿੱਚ ਹਕੀਕਤ ਬਿਆਨ ਕੀਤੀ ਹੋਏ। ਮੇਰੇ ਪਿਆਰੇ ਦੋਸਤੋ, ਇਸ ਤਰ੍ਹਾਂ ਜਿਹਦੇ ਬਿਜਲੀ ਬਣਾ ਕੇ ਲੋਕ ਮੋਬਾਈਲ ਚਾਰਜ ਕਰ ਲੈਣੇ, ਜਾਂ ਮਤਲਬ ਲੋਕ ਇਹ ਸਾਰੇ ਸਿਸਟਮ ਚਲਾ ਸਕਣ, ਅਤੇ ਫਿਰ ਤਾਂ ਵਾਰਟ ਵਾਲਿਆਂ ਨੂੰ ਤਾਂ ਖੰਭੇ ਪੁੱਟ ਲੈਣੇ ਚਾਹੀਦੇ ਹੋਣ ਆਪਣੇ। ਮੇਰੇ ਪਿਆਰੇ ਦੋਸਤੋ, ਇਹ ਸਾਰਾ ਝੂਠ ਹੁੰਦਾ ਜੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸ ਦਿੱਤਾ। ਔਰ ਮੈਨੂੰ ਉਮੀਦ ਹੈ ਕਿ ਮੇਰੇ ਪਿਆਰੇ ਦੋਸਤਾਂ ਨੂੰ ਪਸੰਦ ਆਈ ਹੋਏਗੀ ਵੀਡੀਓ। ਨੈਕਸਟ ਇਸੇ ਤਰ੍ਹਾਂ ਦੀ ਅੱਛੀ ਅੱਛੀ ਵੀਡੀਓ ਵੇਖਣ ਵਾਸਤੇ ਕਿ ਲੋਕ ਕੀ ਕਰਦੇ ਨੇ, ਇਹਦੇ ਬਾਰੇ ਮੈਂ ਤੁਹਾਨੂੰ ਪੂਰੀ ਮਾਲੂਮਾਤ ਦਿਆਂਗਾ। ਕੁਛ ਲੋਕ ਐਸੇ ਨੇ, ਲੋਕ ਬਹੁਤ ਅੱਛੇ ਵੀ ਨੇ, ਕੁਛ ਲੋਕ ਐਸੇ ਨੇ ਜਿਹੜੇ ਕਿ ਲੋਕਾਂ ਨੂੰ ਗਲਤ ਗਲਤ ਗਾਈਡ ਕਰਦੇ ਨੇ ਔਰ ਗਲਤ ਲੋਕਾਂ ਦਾ ਟਾਈਮ ਜ਼ਾਇਆ ਕਰਦੇ ਨੇ। ਪਿਆਰੇ ਦੋਸਤੋ, ਮੇਰੇ ਚੈਨਲ 'ਤੇ ਤੁਹਾਨੂੰ ਕੋਈ ਐਸੀ ਵੀਡੀਓ ਨਹੀਂ ਮਿਲੇਗੀ ਇਨਸ਼ਾਅੱਲਾ ਜਿਹਦਾ ਕੋਈ ਫਾਇਦਾ ਨਾ ਹੋਏਗਾ। ਇਨਸ਼ਾਅੱਲਾ ਫਾਇਦਾ ਹੀ ਹੋਏਗਾ। ਅਤੇ ਮੇਰੇ ਪਿਆਰੇ ਦੋਸਤੋ, ਅਗਲੀ ਵੀਡੀਓ ਤੱਕ ਸਾਨੂੰ ਦਿਓ ਇਜਾਜ਼ਤ। ਦੁਆਵਾਂ ਦੇ ਵਿੱਚ ਯਾਦ ਰੱਖਿਓ, ਅੱਲਾਹ ਪਾਕ ਤੁਹਾਨੂੰ ਵੀ ਸਦਾ ਖੁਸ਼ ਰੱਖੇ, ਆਪਣੀ ਰਹਿਮਤ ਦੇ ਸਾਇਜ਼ ਰੱਖੇ। ਅਗਲੀ ਵੀਡੀਓ ਤੱਕ ਇਜਾਜ਼ਤ ਚਾਹੁੰਦੇ ਹਾਂ। ਅੱਲਾਹ ਹਾਫਿਜ਼।